ਅਗਲੇ ਵਕਤ ਤੇ ਕਰਾਉਣੀ ਹੈ, ਉਹ ਪ੍ਰਬੰਧਕਾਂ ਦੇ ਕੋਲ ਅੱਜ ਹੀ ਆਪਣੇ ਨਾਂ ਰੱਦ ਕਰਾਉਣ। ਵੱਧ ਕਰਕੇ ਸੇਵਾ ਕੀਤੀ ਆਪ ਸੰਗਤ ਨੇ ਦਾਨੀ ਸ਼ਰਮ ਨੇ ਮਾਇਆ ਦਿੱਤੀ ਹੈ, ਉਹਨਾਂ ਨੂੰ ਸੁਰਖਾ ਦਿੱਤੇ ਜਾਣੇ ਹਨ। ਆਪ ਜਿਨ੍ਹਾਂ ਦਾ ਵੀ ਨਾਮ ਬੋਲਣਾ ਹੈ ਧਿਆਨ ਨਾਲ ਸੁਣ ਕੇ ਸਾਧ ਸੰਗਤ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਚ ਪਹੁੰਚ ਜਾਣਾ ਹੈ। ਪਰਿਵਾਰ ਦਾ ਕੋਈ ਵੀ ਮੈਂਬਰ ਹੋਵੇ ਬਹੁਤਾ ਸਮਾਂ ਨਹੀਂ ਲਾਉਣਾ। ਬੇਨਤੀ ਕਰਦੇ ਹਾਂ ਭਾਈ ਨਿਰਮਲ ਸਿੰਘ ਨੂੰ, ਉਹ ਆਪਣਾ ਸਰਤਾਵ ਇੱਥੋਂ ਦੇ ਪ੍ਰਬੰਧਕਾਂ ਦੇ ਵੱਲੋਂ ਲੈਣ ਦੀ ਕਿਰਪਾਲਤਾ ਕਰੇ। ਭਾਈ ਸਿੰਘ ਸ਼ੇਖ ਕਿਰਪਾਲ ਸਿੰਘ ਪੁੱਤਰ ਖੜਕ ਸਿੰਘ ਪਾਲ ਕੌ ਨਿਵਾਸੀ ਪੰਜੂ ਸੇਵਾਦਾਰ ਸਰਬਜੀਤ ਸਿੰਘ ਮਿੰਤਰੀ ਗੁਰਮੇਰ ਸਿੰਘ ਪੁੱਤਰ ਦਰਸ਼ਨ ਸਿੰਘ ਜਗਦੇਵ ਸਿੰਘ ਜਗਵੀਰ ਸਿੰਘ ਚੰਡੀਗੜ੍ਹ ਪ੍ਰਕਾਸ਼ ਸਿੰਘ ਰੋਪੜ ਸਰਕਾਰ ਦੀ ਸੇਵਾ ਤੋਂ ਬਾਅਦ ਸੰਤਾਂ ਦੇ ਜੀਵਨ ਦੇ ਬਾਰੇ ਦਸ ਤੋਂ ਮਿੰਟ ਗੁਰਦੇਵ ਸਿੰਘ ਕੋਹਲੀ ਰੋਪੜ ਤੋਂ ਇਹ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ। ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਟੇਜ ਤੇ ਆਉਣ ਦੀ ਕਿਰਪਾਲਤਾ ਕਰਨ। ਸੰਤਾਂ ਦੇ ਜੀਵਨ ਬਾਰੇ 10 ਮਿੰਟ ਲਈ ਗੁਰਦੇਵ ਸਿੰਘ ਕੋਹਲੀ ਰੋਪੜ ਤੋਂ। ਸਾਧ ਸੰਗਤ ਜੀ ਦੁਬਾਰਾ ਇੱਕ ਵਾਰ ਫਿਰ ਨਾਮ ਬੋਲੇ ਜਾਣਗੇ। ਜੇ ਵੀ ਕੋਈ ਰਹਿਣਾ ਹੈ ਸਾਧ ਸੰਗਤ ਜੀ ਬੇਨਤੀ ਹੈ, ਮੈਂ ਤਾਂ ਪੂਰੇ ਸਾਰੇ ਬੋਲੇ ਗਏ ਹਨ, ਕੋਈ ਰਹਿਣਾ ਜਾਵੇ। ਸਤਿ ਸ੍ਰੀ ਅਕਾਲ। ਗੁਰਸਿੱਖ ਵੀ ਹੈ, ਸਾਫ ਸੂਰਤ ਹੈ ਤੇ 100 ਮਹੀਨੇ ਦਾ ਇੱਕ ਨੰਬਰ ਤੇ ਹੈ। ਬਾਕੀ ਪਿੰਡ ਬੁਰਸਾ ਤੋਂ ਹੀ ਭਾਈ ਹੈ, ਜੇ ਵੀ ਕਿਸੇ ਨੂੰ ਲੋੜ ਹੋਵੇ ਉਹ ਭਾਈ। ਨਗਰ ਵਾਸੀਆਂ ਵੱਲੋਂ ਬਾਹਰੋਂ ਆਈ ਸਾਫ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਨੇ ਅੱਜ ਦੇ ਜਵਾਨ ਦੇ ਵਿੱਚ ਪੂਰੀ ਹਾਜ਼ਰੀ ਭਰੀ ਹੈ। ਪਾਤਸ਼ਾਹ ਸਭਨਾਂ ਤੇ ਮਿਹਰ ਦੀ ਨਿਗਾਹ ਰੱਖੇ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਆਉਣ ਵਾਲਾ ਸਮਾਂ ਖੁਸ਼ੀ ਭਰਿਆ ਹੋਵੇ। ਸਾਧ ਸੰਗਤ ਜੀ ਹੁਣ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ ਹੋਵੇਗਾ, ਉਪਰੰਤ ਅਰਦਾਸ ਹੋਵੇਗੀ। ਸਾਧ ਸੰਗਤ ਜੀ ਸਾਰੇ ਪਵਿੱਤਰ ਅਰਦਾਸ ਦੇ ਵਿੱਚ ਜੁੜਨ ਦੀ ਕਿਰਪਾਲਤਾ ਕਰੋ ਤੇ 6 ਪੌੜੀਆਂ ਸ੍ਰੀ ਅਨੰਦ ਸਾਹਿਬ ਦੇ ਜਾਪ ਸਰਵਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਦਾ ਗੁਰਬਾਣ ਕੀਤਾ ਗੁਰੂ ਵਿਡੋ ਜਿਸਿਆ ਨਾਨਕ ਸੁਣੋ ਸੰਤੋ ਸਭ ਸਰਵ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਵਾਚ ਸਭ ਜੋ ਜਿਤ ਘਰ ਸੁਭਾਗਿਆ ਘਰ ਸੁਭਾਗਿਆ ਸਬਜ ਵਾਜੇ ਕਲਾ ਜਿਤ ਕਰ ਧਾਰੀਆ ਪੰਜ